ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੇ ਅੱਜ ਬੜਾ ਖੁਸ਼ੀਆਂ ਭਰਿਆ ਦਿਹਾੜਾ, ਜਿਹੜਾ ਕਿ ਸਾਡੀ ਕੈਪੀਟਲ ਯੂਨੀਵਰਸਿਟੀ ਕੈਪੀਟਲ ਦੇ ਵਿੱਚ ਜਿਹੜੀ 5ਵੀਂ ਨੈਸ਼ਨਲ ਸਰਟੀਫਿਕੇਟ ਪਰੇਡ ਜਿਹੜੀ ਆ ਕੱਢੀ ਗਈ ਆ। ਪਰ ਮੈਂ ਇਹ ਸਮਝਦਾ ਜਿਹੜੀ ਪਰੇਡ ਵਾ ਕੱਢਣ ਦੇ ਨਾਲ, ਜੇ ਆਪਾਂ ਸੋਚੀਏ ਵੀ ਆਪਾਂ ਕੀ ਗੁਆਇਆ ਤੇ ਕੀ ਖੱਟਿਆ, ਇਹਦੇ ਨਾਲ ਦੋ ਹੀ ਚੀਜ਼ਾਂ। ਪਹਿਲੀ ਗੱਲ ਸਾਡੀ ਸਿੱਖਾਂ ਦੀ ਆਪਣੀ ਆਈਡੈਂਟੀ, ਜਿਹਦਾ ਕਿ ਦੂਸਰਾ ਸਾਡੀ ਆਪਣੀ ਸਟਰੈਂਥ, ਕਿਉਂਕਿ ਸਾਨੂੰ ਵਾਈ ਤਾਂ ਉਸਨੂੰ ਵੀ ਇੱਥੇ ਪਤਾ ਲੱਗਣਾ ਚਾਹੀਦਾ ਕਿ ਸਾਡੀ ਸਟਰੈਂਥ ਕਿੰਨੀ ਆ। ਤੇ ਜੋ ਸਾਡੇ ਸਿੱਖਾਂ ਨੇ ਪ੍ਰਾਪਤੀਆਂ ਕੀਤੀਆਂ ਉਹ ਬਹੁਤ ਹੀ ਮੈਂ ਸਮਝਦਾ ਕਿ ਮਹੱਤਵਪੂਰਨ ਯੋਗ ਆ। ਤੇ ਭਾਵੇਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਤੁਸੀਂ ਬਿਲੋਂਗ ਕਰਦੇ ਜੀ, ਜਿਹੜਾ ਬੰਦਾ ਸਾਡੇ ਸਿੱਖ ਗਰੁੱਪ ਦੇ ਨਾਲ ਖੜਾਉਂਦਾ, ਰਿਗਾਰਡਲੈਸ ਉਹ ਕਿਹੜੀ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦਾ, ਯੂਐਸਏ ਦੇ ਤੋਂ ਉਸ ਸੈਨੇਟਰ ਦੀ ਉਸ ਰੈਲੀ ਦੀ ਵੱਧ ਤੋਂ ਵੱਧ ਜਿਹੜੀ ਆ ਉਹ ਸਪੋਰਟ ਕਰੋ। ਚੇਤੇ ਤੌਰ ਤੇ ਮੈਂ ਇਹਨਾਂ ਵੀਰਾਂ ਨੂੰ ਵੀ ਬਹੁਤ ਧੰਨਵਾਦੀਆਂ ਇਹਨਾਂ ਦਾ ਜਿਹਨਾਂ ਨੇ ਇਹ ਪਰੇਡ ਦੀ ਆਰੰਭਤਾ ਕੀਤੀ ਆ। ਪਰ ਨਾਲ ਦੀ ਨਾਲ ਬੇਨਤੀ ਵੀ ਕੀਤੀ ਆ ਕਿ ਜਿਸ ਤਰ੍ਹਾਂ ਦੇ ਬਾਹਰੋਂ ਨਿਊਯਾਰਕ ਤੋਂ ਇੰਨੀਆਂ ਸੰਗਤਾਂ ਆਈਆਂ, ਜਿਹੜੇ ਇੱਥੋਂ ਦੇ ਗੁਰੂ ਘਰ ਆ ਇਹਨਾਂ ਨੂੰ ਬੇਨਤੀ ਕੀਤੀ, ਇਹਨਾਂ ਨੂੰ ਮੀਟਿੰਗ ਰੱਖੀ ਆਪਣੀ। ਪਰ ਅਸੀਂ ਇਹਨਾਂ ਨੂੰ ਇਹ ਕਹਿੰਦੇ ਹਾਂ ਕਿ ਅਸੀਂ ਗੈਸਟ ਬਣ ਕੇ ਆਈਏ, ਤੁਹਾਡੇ ਚ ਪਾਰਟਿਸਪੇਟ ਆ ਕੇ ਕਰੀਏ, ਤੁਸੀਂ ਇੱਥੇ ਆ ਕੇ ਇਹਨਾਂ ਵੀਰਾਂ ਦੇ ਨਾਲ ਆਪਣਾ ਸਹਿਯੋਗ ਦਾ ਆਪਣਾ ਹਿੱਸਾ ਪਾਓ, ਤਾਂ ਕਿ ਇਹ ਜਿਹੜੀ ਪਰੇਡ ਆ, ਜਿਸ ਤਰ੍ਹਾਂ ਮੇਰੇ ਵੀਰ ਨੇ ਕਿਹਾ ਕਿ 5000 ਤੋਂ 50,000 ਲੱਖ ਬੰਦੇ ਤੱਕ ਜਿਹੜੀ ਆ ਉਹ ਸਾਡੀ ਸਟਰੈਂਥ ਹੋਵੇ, ਤੇ ਤੁਹਾਡੀ ਤਾਂ ਸਾਰੇ ਕੋਲੇ ਸੁਣਾਈ ਹੋਣੀ ਆ। ਫਿਰ ਤੋਂ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।